ਜੀ ਜੀ ਮਾਸ਼ਾਅੱਲਾ ਵਾਹ ਜੀ ਵਾਹ ਇਹ ਪਕੌੜੇ ਹੈ ਵੀ ਆਇਲ ਨਾ ਮਾਸ਼ਾਅੱਲਾ ਹਰੀ ਮਿਰਚ ਪਕੌੜੇ ਪਿਆਜ਼ ਵਾਲੇ ਔਰ ਹੁਣ ਆਸ ਵਾਲੇ ਨਾ ਮਾਸ਼ਾਅੱਲਾ ਸਪਿਟੋ ਸਪੀਟ ਕਰਨੇ ਆ ਹਾਂ ਮੈਨੇ ਨਾ ਕਾਹਦਾ ਚੈੱਕ ਕੀਤਾ ਕਿ ਆਜ ਕਰਾਂ ਮੈਂ ਟ੍ਰਾਈ ਕਰਾਂ ਨਹੀਂ ਤਾਂ ਬਿਸਮਿਲ੍ਲਾਹ ਰਹਿਮਾਨ ਰਹੀਮ ਯਾਰ ਵੀ ਖਾਣਾ ਵਗੈਰਾ ਖਾ ਰਹੇ ਤੇ ਉਹ ਜਾਂ ਪਿਆ ਗਈ ਬਾਰਿਸ਼ ਪਕੌੜੇ ਤੋਂ ਆ ਕੇ ਰਹਿ ਗਏ ਹੈ ਉੱਠੋ ਉਹ ਬਾਰਿਸ਼ ਤੇਜ਼ ਹੈ ਹਾਂ ਹਾਂ ਚਲੋ ਚਲੇ ਉੱਠੇ ਉੱਠੇ ਬਾਰਿਸ਼ ਤੇਜ਼ ਹੈ ਔਰ ਬਾਰਿਸ਼ ਕੀ ਮੈਂ ਯਹਾਂ ਪੇ ਬਣਾ ਰਹੀ ਹੂੰ ਪਕੌੜੇ ਔਰ ਬਾਰਿਸ਼ ਮੇਂ ਤੇਜ਼ ਆ ਗਈ ਹੈ ਔਰ ਬਾਰਿਸ਼ ਕੇ ਮੌਸਮ ਮੇਂ ਪਕੌੜੇ ਹਲੋ ਜੀ ਹੜੀ ਚਾਹੀ ਧਿਆਨ ਨਾਲ ਚਾਹੇ ਵੇ ਸਹੀ ਹੈ ਮਜ਼ੇ ਦੀ ਉਹ ਨਹੀਂ ਪਈ ਟਿਸ਼ੂ ਪੇਪਰ ਤਾਂ ਨਹੀਂ ਆ ਚਾਹੀਏ ਦਿਲ ਟਿਸ਼ੂ ਪੇਪਰ ਪਾਕਦਾ ਅਸਲਾਮ ਵਾਲੇਕੁਮ ਆਲ ਫਰੈਂਡਸ ਕੈਸੇ ਹੈ ਉਮੀਦ ਕਰਤੀ ਸਭੀ ਫਰੈਂਡਸ ਠੀਕ ਹੋਗੇ ਮੈਂ ਵੀ ਠੀਕ ਹੂੰ ਮਾਸ਼ਾਅੱਲਾ ਕਾਮਰਾ ਵੀ ਠੀਕ ਹੈ ਬੱਚੇ ਵੀ ਠੀਕ ਹੈ ਅੱਲਾ ਪਾਕ ਸਭ ਕੋ ਠੀਕ ਰੱਖੇ ਖੁਸ਼ ਰੱਖੇ ਆਬਾਦ ਰੱਖੇ ਇਸਦਾ ਔਰ ਮੁਸਕੁਰਾਤਾ ਰੱਖੇ ਆਪਣੀ ਫੈਮਿਲੀ ਕੇ ਸਾਥ ਸਭੀ ਕੋ ਜੁਮਾ ਮੁਬਾਰਕ ਅੱਲਾ ਪਾਕ ਜੁਮਾ ਮੁਬਾਰਕ ਸਦਕੇ ਜੋ ਜੋ ਬਿਮਾਰ ਅੱਲਾ ਪਾਕ ਕੋ ਸਿਹਤ ਤੰਦਰੁਸਤੀ ਔਰ ਸ਼ਿਫਾ ਦੇ ਜੋ ਲੋਕ ਵੀ ਔਲਾਦ ਹੈ ਅੱਲਾ ਪਾਕ ਉਨਕੋ ਪਿਆਰੀ ਸੀ ਔਲਾਦ ਸੇ ਨਵਾਜ਼ੇ ਜੋ ਬੇਟੀ ਕੀ ਖੁਆਇਸ਼ ਰੱਖਤੇ ਹੈ ਅੱਲਾ ਪਾਕ ਉਨਕੋ ਬੇਟੀ ਦੇ ਜੋ ਬੇਟੇ ਕੀ ਖੁਆਇਸ਼ ਰੱਖਤੇ ਹੈ ਅੱਲਾ ਪਾਕ ਉਨਕੋ ਬੇਟਾ ਦੇ ਅੱਲਾ ਪਾਕ ਸਭ ਕੀ ਦਿਲ ਕੀ ਖੁਆਇਸ਼ ਪੂਰੀ ਕਰੇ ਆਮੀਨ ਜੋ ਲੋਕ ਕਾਰੋਬਾਰ ਸੇ ਪਰੇਸ਼ਾਨ ਹੈ ਅੱਲਾ ਪਾਕ ਉਨਕੀ ਕਾਰੋਬਾਰ ਮੇਂ ਬਰਕਤ ਦੇ ਜੋ ਲੋਕ ਬੱਚੇ ਔਰ ਬੱਚੋਂ ਕੇ ਰਿਸ਼ਤੇ ਸੇ ਪਰੇਸ਼ਾਨ ਹੈ ਅੱਲਾ ਪਾਕ ਸਭ ਬੱਚੇ ਕੇ ਨਸੀਬ ਅੱਛੇ ਕਰੇ ਔਰ ਸਭ ਬੱਚੋਂ ਕੇ ਮੁਕੱਦਰ ਅੱਛੇ ਕਰੇ ਆਮੀਨ ਜੋ ਲੋਕ ਇਸ ਦੁਨੀਆ ਸੇ ਚਲੇ ਗਏ ਅੱਲਾ ਪਾਕ ਉਨਕੋ ਜਨਤ ਅਲ ਫਰਦੌਸ ਮੇਂ ਅੱਲਾ ਮੁਕੰਮਲ ਅਤਾ ਫਰਮਾਏ ਅੱਲਾ ਪਾਕ ਮਾਂ ਬਾਪ ਕਾ ਸਾਇਆ ਬੱਚੋਂ ਕੇ ਸਰ ਪਰ ਸਲਾਮਤ ਰੱਖੇ ਆਪਣੀ ਜ਼ੁਬਾਨ ਮੇਂ ਰੱਖੇ ਮੇਰੀ ਪਿਆਰੀ ਫੈਮਿਲੀ ਕੇ ਬਹੁਤ ਸਾਰੇ ਕਮੈਂਟਸ ਹੈ ਬਹੁਤ ਸਾਰਾ ਪਿਆਰ ਹੈ ਬਹੁਤ ਸਾਰੀ ਦੁਆਏ ਹੈ ਆਲ ਫੈਮਿਲੀ ਕੇ ਲਈ ਲਵ ਯੂ ਜੋ ਪਿਆਰੇ ਪਿਆਰੇ ਕਮੈਂਟਸ ਕਰਤੇ ਹੈ ਫੈਮਿਲੀ ਕੇ ਲਈ ਦੁਆ ਕਰਤੇ ਹੈ ਖੁਸ਼ ਹੋਤੇ ਹੈ ਥੈਂਕ ਯੂ ਸੋ ਮਚ ਆਪਕੇ ਪਿਆਰ ਕਾ ਔਰ ਮੁਹੱਬਤ ਕਾ ਜਿਨ੍ਹਾਂ ਨੇ ਅਭੀ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਆ ਤੋ ਵੋ ਫਟਾਫਟ ਚੈਨਲ ਕੋ ਸਬਸਕ੍ਰਾਈਬ ਕਰੇ ਲਾਈਕ ਕਰੇ ਸ਼ੇਅਰ ਕਰੇ ਔਰ ਬੈਲ ਕਰੇ ਬੈਠੇ ਤੱਕ ਤਮਾਮ ਮੇਰੀ ਵੀਡੀਓਜ਼ ਆਪਕੇ ਪਾਸ ਆਤੀ ਰਹੇ ਖੁਸ਼ ਰਹੇ ਆਬਾਦ ਰਹੇ ਹੱਸੀ ਔਰ ਮੁਸਕੁਰਾਤੇ ਰਹੇ ਦੋ ਅਭੀ ਯਾਦ ਕਿ ਯਹਾਂ ਪੇ ਆਪਣਾ ਲੋਕ ਕਰ ਦਿਆ ਸਟਾਰਟ ਔਰ ਸ਼ਕਰਗੜ੍ਹ ਮੇਂ ਬਹੁਤ ਹੀ ਮਜ਼ੇ ਕੀ ਹੋ ਰਹੀ ਹੈ ਬਾਰਿਸ਼ ਔਰ ਅਚਾਨਕ ਸੇ ਬੜੀ ਤੇਜ਼ ਬਾਰਿਸ਼ ਆ ਗਈ ਛੱਤ 'ਤੇ ਮੈਨੇ ਡਾਲੇ ਹੋਏ ਤੇ ਕੱਪੜੇ ਮੇਰੇ ਸਾਰੇ ਕੱਪੜੇ ਹੋ ਗਏ ਗੀਲੇ ਬੱਚੇ ਬੱਗ ਹੋ ਕੇ ਜਲਦੀ ਜਲਦੀ ਸੇ ਉਤਾਰ ਕੇ ਲੈ ਕੇ ਆਏ ਕੁਛ ਗੀਲੇ ਹੋ ਗਏ ਆ ਕੁਛ ਬਚ ਗਏ ਆ ਔਰ ਕੰਬਲ ਵੀ ਗੀਲਾ ਹੋ ਗਿਆ ਕੱਲ੍ਹ ਮੈਨੇ ਕੰਬਲ ਵੀ ਵੋਸ਼ ਕੀਤਾ ਥਾ ਪ੍ਰੋਪਰ ਜੋ ਵੀ ਐਕਟੀਵਿਟੀ ਚਲਤੇ ਆ ਆਪਕੋ ਬਾਰਿਸ਼ ਕੀ ਬਾਰਿਸ਼ ਵੀ ਦਿਖਾਤੇ ਆ ਬਹੁਤ ਤੇਜ਼ ਬਾਰਿਸ਼ ਹੋ ਗਈ ਯਹਾਂ ਪੇ ਇਹ ਦਿਖਾਤੇ ਹੈ ਇਸਕੇ ਉਹ ਲੱਗੀ ਹੋਈ ਹੈ ਬੜੀ ਸਰਦੀ ਕਿਉਂਕਿ ਬਾਈ ਹੋ ਰਹੀ ਹੈ ਬਾਰਿਸ਼ ਇਹ ਬੈਠ ਗਈ ਆ ਕੇ ਕੰਬਲ ਮੇਂ ਕਿਉਂਕਿ ਇਸਕੋ ਸਰਦੀ ਲੱਗ ਰਹੀ ਹੈ ਨਹੀਂ ਲਾਡੋ ਨਹੀਂ ਟਿੰਕੂ ਹੈ ਟਿੰਕੂ ਹੈ ਬਾਰਿਸ਼ ਹੋ ਰਹੀ ਹੈ ਇਸਕੋ ਸਰਦੀ ਲੱਗ ਗਈ ਇਹ ਕੰਬਲ ਮੇਂ ਆ ਕੇ ਛੁਪੀ ਹੈ ਤੋ ਯਹਾਂ ਪੇ ਬੱਚੇ ਹੈ ਯਹਾਂ ਪੇ ਅਯਾਨ ਕਹਿੰਦਾ ਮੰਮਾ ਕਿਆ ਖਾਣਾ ਹੈ ਜੀ ਨਹੀਂ ਨਹੀਂ ਪਹਿਲੇ ਕਿਆ ਬੋਲਾ ਥਾ ਹਾਂ ਮੰਮਾ ਹਾਂ ਕਹਿੰਦਾ ਮੰਮਾ ਪਕੌੜੇ ਬਣਾਓ ਮੇਰਾ ਬਾਰਿਸ਼ ਕੇ ਮੌਸਮ ਨਾ ਮੇਰਾ ਦਿਲ ਕਰ ਰਿਹਾ ਪਕੌੜੇ ਖਾਣੇ ਕੋ ਸੁਭਾਨ ਵੀ ਬੋਲਾ ਮੰਮਾ ਨੇ ਪਕੌੜੇ ਖਾਣੇ ਸਾਥ ਮੈਂ ਨਾਨ ਖਾਣੇ ਹੈ ਤੋ ਕਾਫੀ ਲੇਟ ਟਾਈਮ ਹੋ ਗਿਆ ਅਤੇ ਪਤਾ ਨਹੀਂ ਹਮ ਨਾਨ ਵੈਸੇ ਮਿਲ ਜਾਏਂਗੇ ਤੋ ਮੈਂ ਰਿਹਾਂ ਕੋ ਕਹਿਤੀ ਹੂੰ ਤੋ ਬਾਹੀ ਜਾ ਕੇ ਨਾ ਪਕੌੜੇ ਵਗੈਰਾ ਬੱਚੋਂ ਕੇ ਲਈ ਬਣਾਤੇ ਆ ਕੋਈ ਖਾਣੇ ਪੀਣੇ ਕਾ ਇੰਤਜ਼ਾਮ ਕਰਤੇ ਆ ਔਰ ਚਲਤੇ ਆ ਬਾਹਰ ਇਹ ਦੇਖੇ ਜੀ ਯਹਾਂ ਪੇ ਬਾਰਿਸ਼ ਇਤਨੀ ਜ਼ਿਆਦਾ ਬਾਰਿਸ਼ ਹੋਈ ਹੈ ਤੋ ਬਾਹਰ ਅਭੀ ਵੀ ਬਾਰਿਸ਼ ਹੋ ਰਹੀ ਹੈ ਲੇਕਿਨ ਯਹਾਂ ਪੇ ਯਹਾਂ ਮੈਨੇ ਆਪਣਾ ਬੇਸਨ ਔਰ ਯਹਾਂ ਪੇ ਮੈਟਰਸ ਕੋ ਛਾਣ ਲਈ ਹੈ ਛਾਣਨੇ ਕੇ ਬਾਅਦ ਹਮ ਆਲੂ ਵਗੈਰਾ ਕਟਿੰਗ ਕਰਤੇ ਹੈ ਪਿਆਜ਼ ਕਟਿੰਗ ਕਰਤੇ ਹੈ ਮਸਾਲਾ ਵਗੈਰਾ ਤਿਆਰ ਕਰਤੇ ਹੈ ਜੋ ਜੋ ਇਸ ਕੇ ਅੰਦਰ ਜਾਣਾ ਹੈ ਪਹਿਲੇ ਤਾਂ ਬੇਸਨ ਕੋ ਛਾਣ ਲੈਤੇ ਹੈ ਹਮ ਅੱਛੇ ਸੇ ਫਿਰ ਹਮ ਆਪਣੇ ਪਕੌੜੇ ਬਣਾਤੇ ਹੈ ਤੇ ਬਾਹਰ ਕਿਆ ਦੇਖਿਆ ਜੀ ਬਾਰਿਸ਼ ਜੋ ਹੋ ਰਹੀ ਹੈ ਬਾਹਰ ਅੱਜ ਦੇ ਸਾਰੇ ਸਾਡੇ ਕੱਪੜੇ ਵੀ ਛੱਤ ਤੇ ਗਏ ਨੇ ਇਹ ਦੇਖਿਆ ਅੱਛਾ ਜੀ ਇਹ ਦੇਖੀ ਮੈਂ ਬਾਹਰ ਆ ਗਈ ਔਰ ਬਾਰਿਸ਼ ਹੋ ਰਹੀ ਹੈ ਤੋ ਮੇਰਾ ਮੋਬਾਈਲ ਵੀ ਗਿੱਲਾ ਹੋ ਜਾਣਾ ਇਸ ਲਈ ਮੈਂ ਅੰਦਰ ਆ ਗਈ
ਦਰਵਾਜ਼ੇ ਕੀ ਦਵਾ ਆਵਾਜ਼ ਨਹੀਂ ਆ ਰਹੀ ਪਿੰਡ ਕੇ ਬਾਅਦ ਦਰਵਾਜ਼ੇ ਕੀ ਆਵਾਜ਼ ਨਹੀਂ ਆਉਂਦੀ ਹਾਂਜੀ ਬਾਰਿਸ਼ ਨਾ ਪਿਆ ਤੁਸੀਂ ਤੇ ਸੁੱਤੇ ਤੇ ਸੀ ਮੈਂ ਕੋਣ ਆਤਾ ਬਾਰਿਸ਼ ਦਾ ਡਰਾਮੇ ਨਹੀਂ ਬਾਰਿਸ਼ ਹੋਈ ਆ ਡਰਾਮੇ ਨਹੀਂ ਕਰਨੇ ਕੋਈ ਵੀ ਨਾਤਾ ਬਾਰਿਸ਼ ਕੱਪੜੇ ਜੇ ਗਿੱਲੇ ਫੇ ਕਿਉਂ ਹੋਏ ਮੇਰੇ ਹਾਂ ਛੱਤ ਤੋਂ ਮੇਰੇ ਕੱਪੜੇ ਕਿਉਂ ਗਿੱਲੇ ਹੋ ਗਏ ਸਾਰੇ ਭਾਰੀ ਨਹੀਂ ਸੀ ਆ ਬਾਹਰ ਗਿਰ ਰਹੀ ਹਾਂ ਤੇ ਇਹ ਗੱਲ ਕਰੋ ਨਾ ਸਾਰੇ ਮੇਰੇ ਕੱਪੜੇ ਛੱਤ ਜਿਹਨੇ ਵੀ ਸਾਰੇ ਕੱਪੜੇ ਕਾਮ ਨਾਲ ਕਰੇ ਸਭ ਬਾਰਿਸ਼ ਨਹਾਉਂਦੇ ਤੇ ਫੇ ਕੱਪੜੇ ਕਿਉਂ ਹੋਏ ਕੱਪੜੇ ਤੁਸੀਂ ਉਤਾਰਨੇ ਸੀ ਪਹਿਲੇ ਘਰ ਹੁੰਦਾ ਤੇ ਸਾਰਾ ਮੇਰਾ ਜਿੰਨੇ ਵੀ ਮੇਰੇ ਕੱਪੜੇ ਕੰਬਲ ਸ਼ੰਬਲ ਜੇ ਵੋ ਹਾਫ ਕੱਪੜੇ ਬਚ ਗਏ ਹਾਫ ਗਿੱਲੇ ਹੋ ਗਏ ਬੱਚੋ ਨੇ ਜਲਦੀ ਸੇ ਉਤਾਰੇ ਆ ਫਿਰ ਬੱਚੇ ਆ ਕੱਲ ਦੀ ਪੇਂਟ ਦੀ ਵਜ੍ਹਾ ਨਾਲ ਮੇਰਾ ਲਾਲ ਹੋ ਗਈ ਹੈ ਜਿਵੇਂ ਲਾਲ ਮੇਰਾ ਡਰਾਪ ਵਗੈਰਾ ਕਾ ਦੀ ਕੋਸ਼ਿਸ਼ ਨਾ ਦਿਖਾ ਸਰ ਨਿਸ਼ਾਨ ਦਿਖਾ ਯਹਾਂ ਪੇ ਪਕੌੜੇ ਕਾ ਮਸਾਲਾ ਹੈ ਅਜਵਾਇਨ ਹੈ ਨਮਕ ਲਾਲ ਮਿਰਚ ਔਰ ਜ਼ੀਰਾ ਥੋੜ੍ਹੀ ਸੀ ਹਲਦੀ ਔਰ ਇਸ ਕੇ ਅੰਦਰ ਜਾਣੇ ਹੈ ਜੀ ਕੁੱਟੀ ਹੋਈ ਲਾਲ ਮਿਰਚ ਵੀ ਕੱਟੀ ਹੈ ਉਹ ਵੀ ਡਾਲ ਕੇ ਸਾਥ ਮੇ ਸੁੱਕਾ ਧਨੀਆ ਇਸ ਕੋ ਥੋੜ੍ਹਾ ਸਾ ਗ੍ਰੈਂਡ ਕਰ ਲੈਂਦੇ ਹੈ ਸੁੱਕੇ ਧਨੀਏ ਕਾ ਬੜਾ ਅੱਛਾ ਟੇਸਟ ਆਤਾ ਹੈ ਇਸ ਕੋ ਗ੍ਰੈਂਡ ਕਰਕੇ ਪੀਸ ਲੇਤੇ ਅੱਛੇ ਸੇ ਜੀ ਹੈ ਜੀ ਕੁੱਟੀ ਹੋਈ ਲਾਲ ਮਿਰਚ ਜੀ ਹੈ ਜੀ ਪਕੌੜੇ ਕੇ ਮਸਾਲੇ ਜੋ ਕਿ ਹਮ ਯਹਾਂ ਪੇ ਜੋ ਇਸਕੋ ਗ੍ਰੈਂਡ ਕਰ ਲੈਤੇ ਹੈ ਸੁੱਕੇ ਧਨੀਏ ਕੋ ਔਰ ਯਹਾਂ ਪੇ ਮੈਦਾ ਔਰ ਬੇਸਨ ਦੋਨੋਂ ਕੋ ਮੈਨੇ ਨਾ ਮਿਕਸ ਲਿਆ ਹੈ ਬੇਸਨ ਮੈਨੇ ਜ਼ਿਆਦਾ ਲਿਆ ਹੈ ਮੈਦਾ ਮੈਨੇ ਨਾ ਉਸੇ ਥੋੜ੍ਹਾ ਕੰਮ ਲਿਆ ਹੈ ਆਲੂ ਕਟਿੰਗ ਕਰਦੇ ਹਾਂ ਯਹਾਂ ਪੇ ਪਿਆਜ਼ ਵਗੈਰਾ ਕਟਿੰਗ ਕਰਦੇ ਹਾਂ ਰਿਹਾਨ ਪਾਲਕ ਲੈ ਲਿਆ ਹੋਇਆ ਤਾਂ ਉਹ ਪਾਲਕ ਲੈ ਕੇ ਵੀ ਆ ਜਾਂਦਾ ਨਾ ਤਾਂ ਕਦੇ ਕਿੰਨੇ ਡਾਲੇਂਗੇ ਉਹ ਵੀ ਸ਼ਾਮਿਲ ਕਰਦੇ ਹਾਂ ਤਬ ਤੱਕ ਇਸਕੋ ਕਟਿੰਗ ਕਰ ਲੈਂਦੇ ਹਾਂ ਮੈਂ ਲੈ ਕੇ ਆ ਗਿਆ ਜੀ ਦਹੀਂ ਔਰ ਪਾਲਕ ਕਹਿੰਦੇ ਮੰਮਾ ਸਾਹਿਬ ਨੇ ਰਾਇਤਾ ਬਣਾਉਣਾ ਦਹੀਂ ਤਾਂ ਔਰ ਸਾਥ ਮੇ ਪਾਲਕ ਵੀ ਆ ਗਈ ਆਇਲ ਵੀ ਆ ਗਿਆ ਪਾਲਕ ਕਟਿੰਗ ਕਰਦੇ ਹਾਂ ਇਸਕੋ ਨਿਕਾਲਦੇ ਹਾਂ ਆਲੂ ਮੈਂ ਛੀਲ ਰਹੀ ਸੀ ਹਾਂਜੀ ਜਨਾਬ ਬਾਰਿਸ਼ ਦੇ ਮੌਸਮ ਦੇ ਵਿੱਚ ਮਾਸ਼ਾ ਅੱਲਾਹ ਜੀ ਬੜੀ ਖੁਸ਼ਬੂਆਂ ਵਾਲੀ ਚੀਜ਼ ਬਣਾ ਲਈ ਹੈ ਆਸਵਾ ਆਸਵਾ ਬਣਾ ਲਈ ਆ ਪਾਲਕ ਵਾਲੇ ਪਿਆਜ਼ ਵਾਲੇ ਆਲੂ ਵਾਲੇ ਬੇਸਣ ਵਾਲੇ ਮੈਦੇ ਵਾਲੇ ਪਕੌੜੇ ਵਾਹ ਜੀ ਵਾਹ ਮਾਸ਼ਾ ਅੱਲਾਹ ਬਾਰਿਸ਼ ਤਾਂ ਬੜੀ ਮਜ਼ੇਦਾਰ ਹੋਈ ਹੈ ਅਤੇ ਤੂੰ ਬਾਰਿਸ਼ ਬੜੀ ਤੇਜ਼ ਹੋਈ ਹੈ ਮੈਂ ਲੋਕ ਬੰਦ ਸਟਾਰਟ ਕੀਤਾ ਮੈਂ ਕਿਹਾ ਚਲੋ ਬਾਰਿਸ਼ ਤਾਂ ਬਹੁਤ ਜ਼ਿਆਦਾ ਹੋਈ ਹੈ ਔਰ ਕੱਪੜੇ ਜ਼ੁਲਫਾਂ ਨੂੰ ਜ਼ਰਾ ਪਰਾ ਕਰਕੇ ਮੂੰਹ ਤੇ ਦਿਖਾਓ ਜ਼ਰਾ ਮੂੰਹ ਚਿਹਰਾ ਹੈ ਨਾ ਚਿਹਰਾ ਚੁਹਰਾ ਤਾਂ ਨਜ਼ਰ ਆਇਆ ਮਾਸ਼ਾ ਅੱਲਾਹ ਵਾਹ ਜੀ ਵਾਹ ਵਾਹ ਜੀ ਵਾਹ ਮਾਸ਼ਾ ਅੱਲਾਹ ਅਤੇ ਪਾਲਕ ਵਾਲੇ ਜਿਹੜੀਆਂ ਡੰਡਲੀਆਂ ਛੱਡਲੀਆਂ ਡੰਡਲੀਆਂ ਡੰਡਲੀ ਮੈਂ ਨਹੀਂ ਪਾਲੀਆਂ ਆਹੋ ਤਾਂ ਪਾਉਣੀਆਂ ਵੀ ਨਹੀਂ ਚਾਹੀਦੀਆਂ ਮੈਨੂੰ ਪਤਾ ਖਾਲੀ ਪੱਤੇ ਨੂੰ ਵੀ ਫਰੀ ਕਰ ਦਿੰਦੇ ਨੇ ਕਈ ਹੈ ਬੜੇ ਬੜੇ ਜ਼ਬਰਦਸਤ ਸਟਾਈਲ ਯਾਰ ਕੋਈ ਹਟ ਕੇ ਸਟਾਈਲ ਨਾਲ ਨਾ ਇੱਕ ਬਣਾਈ ਉਹ ਡਿਸ਼ ਤੂੰ ਇੱਕ ਦਿਨ ਬਣਾਉਣ ਲੱਗੀ ਸੀ ਫਿਰ ਉਹਨੇ ਬਣਾਈ ਖੂਬਸੂਰਤ ਰੈਸਪੀ ਸਟਾਈਲ ਦੇ ਵਿੱਚ ਆਹੋ ਹਰੀ ਮਿਰਚ ਹਰੀ ਮਿਰਚ ਨਹੀਂ ਜਾਂਦੀ ਚਲੋ ਤੁਸੀਂ ਲੈਣ ਭੇਜਿਆ ਪਾਲਕ ਤੇ ਹਰੀ ਮਿਰਚ ਵੀ ਜ਼ਿਹਨ ਜਿਹੜਾ ਪਕੌੜੇ ਬਣਾਉਂਦਾ ਉਹਦੇ ਜ਼ਿਹਨ ਦੇ ਵਿੱਚ ਕਿਹੜੀ ਚੀਜ਼ ਖਾਬ ਆ ਗਈ ਹੁਣ ਖਾਬ ਆਈ ਆ ਦੇਖੋ ਜਦੋਂ ਮੈਂ ਹੁਣ ਸਮਾਨ ਸਮੂਨ ਤਿਆਰ ਕਰਨਾ ਸੀ ਹਰੀ ਮਿਰਚ ਵਗੈਰਾ ਤੁਸੀਂ ਇਕੱਲੀ ਪਕੌੜੇ ਕਹੇਗੀ ਫਿਰ ਅਸੀਂ ਨਹੀਂ ਖਾਣੇ ਬਾਰਿਸ਼ ਚ ਕਿੰਨੇ ਲੈਣ ਜਾਣਾ ਹੁਣ ਕੋਈ ਨੀ ਤੇ ਹੁਣ ਗਿਆ ਅੱਗੇ ਵੀ ਹੁਣ ਮੈਂ ਰੋਟੀ ਬਜ਼ਾਰੇ ਨੂੰ ਗਈ ਆ ਮੈਂ ਕਿਹਾ ਚੱਲ ਬਜ਼ਾਰ ਸੀ ਲਈ ਆ ਕਿਉਂਕਿ ਬਾਰਿਸ਼ ਹੋ ਰਹੀ ਆ ਗਿਆ ਸੀ ਬਹੁਤ ਕੰਮ ਆ ਦੇ ਨਾ ਦੀ ਮਰਜ਼ੀ ਲੱਭਦੀ ਆ ਤੇ ਚਲੋ ਦੂਜੀ ਫ੍ਰਿਜ ਦੇ ਵਿੱਚ ਫ੍ਰਿਜ ਦੇ ਵਿੱਚ ਕੁਝ ਚੀਜ਼ਾਂ ਚੁਦਾ ਤੇ ਹੈ ਹਰੀ ਮਿਰਚ ਹੈ ਲੱਭੀ ਗਈ ਹੈ
ਲੋ ਜੀ ਹਰੀਆਂ ਮਿਰਚਾਂ ਫਰਿੱਜ ਦੇ ਵਿੱਚੋਂ ਮਿਲ ਹੀ ਗਈਆਂ ਅਤੇ ਹੈ ਵੀ ਬੜੀ ਵਧੀਆ ਅਤੇ ਸੁਭਾਨ ਕਿੰਨੀ ਦੇਰ ਦੇ ਵਿੱਚ ਪਕੌੜੇ ਬਣ ਜਾਣਗੇ ਪਕੌੜੇ ਦਾ ਸਮਾਨ ਰੈਡੀ ਤੇ ਪਕੌੜੇ ਰੈਡੀ ਅੱਛਾ ਸਮਾਨ ਕੀ ਬਾਤ ਹੈ ਸਮਾਨ ਵਗੈਰਾ ਚੀਜ਼ ਰੈਡੀ ਹੋ ਜਾਣੀ ਸਾਰੀ ਆਲੂ ਦੀ ਹੋ ਰਹੀ ਆ ਕਟਿੰਗ ਮਾਸ਼ਾਅੱਲਾ ਜੀ ਪਿਆਜ਼ ਪਿਊਜ਼ ਆਲੂ ਸ਼ਾਲੂ ਹਰੀਆਂ ਮਿਰਚਾਂ ਵੀ ਰੈਡੀ ਹੋ ਗਈਆਂ ਸਾਰਾ ਕੁਛ ਰੈਡੀ ਹੋ ਗਿਆ ਰਿਆਲ ਲੈ ਆਇਆ ਜੀ ਲੈ ਕੇ ਰੋਟੀਆਂ ਰੋਟੀਆਂ ਅੱਛਾ ਜੀ ਕੈਚਅਪ ਆ ਗਈ ਅਤੇ ਨਾਲ ਬਾਹਰ ਸੇ ਰੋਟੀਆਂ ਆ ਗਈਆਂ ਕਿਹੜੀਆਂ ਰੋਟੀਆਂ ਖਾਵਾਂਗੇ ਸਭ ਕੁਛ ਖਾਵਾਂਗੇ ਟਿਫਨ ਦੇ ਵਿੱਚ ਰੱਖ ਲਓ ਸੰਭਾਲ ਕੇ ਪਹਿਲੇ ਕਿਉਂਕਿ ਉਹ ਗਰਮ ਰਹੇ ਹਾਂ ਤੇ ਇਹ ਤਿਆਰ ਹੁੰਦਾ ਤਾਂ ਫਿਰ ਕੰਮ ਜਲਦੀ ਹੋ ਜਾਣਾ ਚਟਪਟ ਆਲੂ ਦੀ ਸਪੀਡ ਤੇ ਬੜੀ ਕਟਿੰਗ ਕਰਾਨੇ ਕਟਿੰਗ ਬੱਚੇ ਨੂੰ ਲਾ ਕੇ ਖਾਣੀ ਨਾ ਤਾਂ ਕਟਿੰਗ ਦੀ ਸਪੀਡ ਜ਼ਰੂਰੀ ਹੈ ਬੰਦੇ ਹੁੰਦੇ ਨੇ ਨਾ ਸਪੀਟਰ ਸ਼ੈਫ ਤੇ ਉਹ ਅਸਾਂ ਤੇ ਕੰਮ ਕਰਦੇ ਨੇ ਹਾਂਜੀ ਮਾਸ਼ਾ ਅੱਲਾ ਸਾਡੀ ਵੀ ਕਦੀ ਨਾ ਕਦੀ ਇਸ ਤਰ੍ਹਾਂ ਹੋਈ ਕਿ ਸਪੀਟ ਕਦੀ ਉਹ ਕਿਹਾ ਦਿਨ ਆਉਣਾ ਹੈ ਆਏਗਾ ਆਏਗਾ ਆਉਣਾ ਉਹ ਦਿਨ ਵੋ ਵੀ ਦਿਨ ਆਏਗੇ ਫਿਰ ਤੂੰ ਕਹੇਂਗੀ ਮੈਂ ਫਿਰ ਤੈਨੂੰ ਗਾਣਾ ਗਾਵਾਂਗਾ ਵੋ ਦਿਨ ਯਾਦ ਕਰੋ ਵੋ ਦਿਨ ਯਾਦ ਕਰੋ ਜਿਸ ਦਿਨ ਮੈਨੂੰ ਕਟਿੰਗ ਨਹੀਂ ਸੀ ਆਉਂਦੀ ਤੂੰ ਕੀ ਕਹਿੰਦੀ ਕਿਹੜਾ ਬੋਲ ਬੋਲੇਗਾ ਗਾਣਾ ਨਹੀਂ ਚਲੋ ਜੀ ਮੈਂ ਕਿਹਾ ਪਤਾ ਕਿਹੜੀ ਗੱਲ ਕਰਨ ਲੱਗੇ ਉਹਨਾਂ ਦਿਨਾਂ 'ਚ ਅਸੀਂ ਕਹਾਂਗੇ ਨਾ ਜਦੋਂ ਮੈਨੂੰ ਕਟਿੰਗ ਦੀ ਜਾਂਚ ਆਏਗੀ ਕਿਹੜੀ ਵਾਲੀ ਕਟਿੰਗ ਲਾਈਟ ਗਈ ਦੀ ਹੈ ਵੈਸੇ ਇੱਕ ਗੱਲ ਹੈ ਕਿ ਗੈਸ ਵੀ ਲਾਈਟ ਵੀ ਨਹੀਂ ਆਏ ਤਾਂ ਪਕੌੜੇ ਕਿਸ ਤਰ੍ਹਾਂ ਬਣਾਏਗੇ ਲਾਈਟ ਤਾਂ ਚਲੋ ਯੂ ਪੀ ਐੱਸ ਦੀ ਮਿਹਰਬਾਨੀ ਸਾਡਾ ਨਹੀਂ ਆਏਗਾ ਤਾਂ ਫਿਰ ਸਿਲੰਡਰ ਨਾਲ ਜਲਾ ਲਈ ਸਾਰੀ ਚੀਜ਼ਾਂ ਦੀ ਸਹੂਲਤਾਂ ਰੱਖੀਆਂ ਉਸ ਵੇਲੇ ਸਿਲੰਡਰ ਚਲਾ ਲੈਂਗੇ ਸਿਲੰਡਰ ਮੇਂ ਇਹ ਹੋਤਾ ਕਿ ਉਹ ਜੋ ਬਰਤਨ ਕਾਲੇ ਹੋ ਜਾਂਦੇ ਆ
ਲੇਕਿਨ ਇਹ ਕਿ ਸਿਲੰਡਰ ਜ਼ਿੰਦਾਬਾਦ। ਠੀਕ ਹੈ, ਚਲੋ ਜੀ ਪਕੌੜੇ ਬਣਾਓ ਤਾਂ ਫਿਰ ਅਸੀਂ ਖਾਈਏ। ਔਰ ਮਾਸ਼ਾਅੱਲਾ ਕਟਿੰਗਾਂ ਛਟਿੰਗਾਂ ਹੋ ਗਈਆਂ, ਦਿਖਾ ਦਿੱਤੀਆਂ ਸਵੀਟਾਂ, ਅਤੇ ਹੁਣ ਕੰਮ ਪਕੌੜੇ ਬਣੇਗੇ ਅਤੇ ਫਿਰ ਆਉਂਦੇ ਹਾਂ ਸਾਹਮਣੇ। ਹਾਂਜੀ ਮਾਸ਼ਾਅੱਲਾ ਜੀ, ਫੁੱਲ ਤਿਆਰੀਆਂ ਹੋ ਗਈਆਂ ਜੀ, ਮਸਾਲੇ ਮਸੂਲੇ ਇੱਧਰ ਉੱਧਰ ਮਾਸ਼ਾਅੱਲਾ ਜੀ, ਪਿਆਜ਼ ਸ਼ਿਆਜ਼ ਆਲੂ ਸ਼ਾਲੂ ਕੱਢ ਤੇ ਸੁਭਾਨ ਸਾਹਿਬ ਮਾਸ਼ਾਅੱਲਾ ਜੀ, ਕੁਰਸੀਆਂ ਦੀ ਸੈਟਿੰਗ ਕਰ ਰਿਹਾ। ਪੇਂਟ ਤਾਂ ਮੈਂ ਕੱਲ੍ਹ ਦਾ ਕਾਫੀ ਖਿਲਾਰਾ ਪਾਇਦਾ ਅਤੇ ਫਰਸ਼ ਜਿਹੜਾ ਨਾ ਸਾਫ਼ ਕਰਨ ਵਾਲਾ, ਮਗਰ ਕੁਰਸੀਆਂ ਸਾਫ਼ ਕਰ ਰਿਹਾ ਸੁਭਾਨ, ਕਿਉਂਕਿ ਕੁਰਸੀਆਂ ਦੀ ਸੈਟਿੰਗ ਮੀਟਿੰਗ ਕਰ ਰਿਹਾ। ਇੱਧਰ ਦੇਖੋ ਨਾ ਸੁਭਾਨ ਸਾਹਿਬ, ਬਹੁਤ ਮਿਹਨਤੀ ਹੈ, ਬਹੁਤ ਮਿਹਨਤੀ, ਬਹੁਤ ਕੰਮ ਕਰਤਾ। ਔਰ ਮਾਸ਼ਾਅੱਲਾ ਪੇਂਟ ਕੀਤੇ ਦਾ ਅਤੇ ਵੈਸੇ ਘਰ ਸੋਹਣਾ ਸੋਹਣਾ ਮਾਹੌਲ ਬਣ ਜਾਂਦਾ, ਐਡੀ ਵੀ ਗੱਲ ਕੋਈ ਨਹੀਂ ਹੈ। ਫਰਸ਼ ਕੋਈ ਗੱਲ ਨਹੀਂ, ਉਹ ਪੈਟਰੋਲ ਹੁਣ ਨਹੀਂ, ਪੈਟਰੋਲ ਨਾਲ ਸਾਫ਼ ਕੀਤਾ ਅਤੇ ਜ਼ਬਰਦਸਤ ਹੋਈ ਨਾ। ਮਸਾਲੇ ਆ, ਬੇਸਣ ਆ, ਮੈਦਾ ਆ, ਔਰ ਯਹਾਂ ਪੇ ਜੀ ਲਾਲ ਮਿਰਚ ਹੈ, ਸੁੱਕਾ ਧਨੀਆ, ਜ਼ੀਰਾ, ਹਲਦੀ ਥੋੜ੍ਹੀ ਸੀ, ਨਮਕ, ਕੁੱਟੀ ਹੋਈ ਲਾਲ ਮਿਰਚ, ਸਾਬਤ ਜ਼ੀਰਾ, ਸਭ ਕੁਛ ਵਿੱਚ। ਹਾਂ ਮਾਸ਼ਾਅੱਲਾ ਸਾਰਾ ਕੁਝ ਮਿਕਸ ਹੋ ਜਾਂਦਾ ਕੁਰਸੀਆਂ ਸੈਟਿੰਗ ਮੀਟਿੰਗ ਕਰ ਰਿਹਾ। ਔਰ ਪਿਆਜ਼ ਤਾਂ ਵੀ ਬੜਾ ਹੁੰਦਾ ਹੈ ਵਿੱਚ, ਕੀ ਕਹਿੰਦੇ ਨੇ ਪਕੌੜਿਆਂ ਦੇ ਵਿੱਚ। ਹਾਂਜੀ ਆਲੂ ਵੀ, ਆਲੂ ਐਸੀ ਚੀਜ਼ ਹੈ ਜਿਹੜੀ ਸਾਰਿਆਂ ਨਾਲ ਮੈਚ ਹੋ ਜਾਂਦੀ ਹੈ। ਆਲੂ ਹੈ ਫਿਰ ਹਾਂਜੀ। ਅੱਛਾ ਜੀ, ਇਸਕੋ ਮਿਕਸ ਕਰ ਲੈਣਾ ਮੈਨੇ ਪਹਿਲੇ, ਥੋੜ੍ਹਾ ਸਾ ਪਾਣੀ ਵੀ ਡਾਲ ਲੈਤੀ, ਸਾਰਾ ਮਿਕਸ ਜੋ ਮਸਾਲੇ ਡਾਲਦੇ ਹਾਂ ਇਸਕੋ ਮੈਨੇ ਮਿਕਸ ਕਰ ਲੈਣੇ ਹੈ। ਪੇਟੀ ਚ ਰੱਖੀ ਦੀ ਆ, ਬੋਲ ਕੇ ਚੈੱਕ ਕਰਾਂਗੇ ਹੁਣ ਵਾਹੀ ਦੇਰ, ਕਿ ਦਿਨ ਪੇਟੀ ਖੋਲਿਆ ਯਾਰ, 20 ਸਾਲ ਪਹਿਲੇ ਦੀਆਂ ਪੇਟੀਆਂ ਬੰਦ ਕੀਤੀਆਂ, ਇਹ ਤਾਂ ਖੋਲੀਆਂ ਹੀ ਕੁਛ ਤਾਂ। ਆਸਵਾ ਦੀ ਵਰੀ ਦੇ ਸੂਟ ਵੀ ਹੈ ਜਿਹੜੇ ਅਸੀਂ, ਸਹੀ ਗੱਲ ਆ ਕਿ ਸਿਲਾਈ ਨਹੀਂ ਹੈ ਆਸਵਾ, ਹਾਂ ਅਨਸਟਿਚ ਹੈ, ਵੜੀ ਕੇ ਕੱਪੜੇ ਦਿਖਾਉਂਗਾ ਉਸ ਦੌਰ ਦੇ ਵਿੱਚ ਕਿਹੋ ਜਿਹੇ ਕੱਪੜੇ ਹੁੰਦੇ ਰਹੇ। ਮੈਨੂੰ ਕਮੈਂਟ ਕਰੇ ਵੀ ਮੈਂ ਦਿਖਾਉਂਗਾ, ਹਾਂ ਕਿਉਂਕਿ ਉਹ ਕੱਪੜੇ ਜਿਹੜੇ ਨਾ ਉਸ ਦੌਰ ਦੇ ਵਿੱਚ ਬੜੇ ਜ਼ਬਰਦਸਤ ਹੈ। ਮੈਂ ਰਿਹਾਂ ਅੰਗਲੀ ਰੱਖੇ ਹੋਏ ਆ, ਰਿਹਾਂ ਦੀ ਬੁੱਢੀ ਨੇ ਕਿੱਥੇ ਪਾਣੇ, ਉਹ ਦੌਰ ਚੇਂਜ ਹੋ ਗਿਆ ਹੁਣ। ਚਲੋ ਬਾਅਦ ਬਾਅਦ ਵੀ ਆਤੇ ਹੈ ਉਹ, ਕੱਪੜਾ ਉਹ ਚੱਲਦਾ ਮਗਰ ਬੜੇ ਫੈਸ਼ਨ ਬੜੀ, ਹਰ ਚੀਜ਼ ਡਿਫਰੈਂਟ ਹੁੰਦੀ ਹੈ। ਮਾਸ਼ਾਅੱਲਾ ਕੋੜੇ ਤਾਂ ਬੜੇ ਜ਼ਬਰਦਸਤ, ਬੇਸਣ ਮੁਸਣ ਦੇ ਵਿੱਚ ਸੈਟਿੰਗ ਕੀਤੇ ਆ, ਅਤੇ ਜਿਹੜੀ ਤੂੰ ਢੱਕੀ ਐਵੀਂ, ਇਹ ਬੇਸਣ ਭੋਲਣਾ ਵੀ ਕੋਈ ਮੈਂ ਹਿਸਾਬ ਨਾਲ ਟ੍ਰਿਕ ਹੈ। ਮੈਂ ਕਿ ਇੱਕ ਜੈਸੇ ਰਹਿੰਦੇ ਨੇ, ਫਿਰ ਉਹ ਇਹ ਆ ਕਿ ਬੇਸਣ ਬੇਸਣ ਨਹੀਂ ਰਹਿੰਦਾ, ਮੈਂ ਕਿਹਾ ਪੂਰੀ ਲੈਵਲ ਦੇ ਹਿਸਾਬ ਨਾਲ ਪਕੌੜੇ ਬਣਦੇ ਨੇ ਹਰ ਤਰ੍ਹਾਂ। ਤਰੀਕਾ ਤਾਂ ਬੜਾ ਵਧੀਆ। ਚਲੋ ਜੀ ਮਾਸ਼ਾਅੱਲਾ ਜੀ ਜੀ ਮਾਸ਼ਾਅੱਲਾ, ਵਾਹ ਜੀ ਵਾਹ, ਪਕੌੜੇ ਮਾਸ਼ਾਅੱਲਾ, ਹਰੀ ਮਿਰਚ ਪਕੌੜੇ ਪਿਆਜ਼ ਵਾਲੇ, ਔਰ ਹੁਣ ਆਸਵਾ ਨੇ ਨਾ ਮਾਸ਼ਾਅੱਲਾ ਸਪਿਟੋ ਸਪੀਟ ਕੱਢਣੇ ਆ। ਹਾਂ ਮੈਨੇ ਨਾ ਚੈੱਕ ਕੀਤਾ ਕਿ ਆਇਲ ਕਰਾਂ, ਮੈਂ ਟ੍ਰਾਈ ਕਰਾਂ ਨਹੀਂ ਤਾਂ
ਰੋਟੀ ਨਾਲ ਖਾਣ ਵਾਲੀ ਹੈ ਨਾ ਖਾ ਨੀ ਆ ਹਰੀਆਂ ਮਿਰਚਾਂ ਬਾਅਦ ਚ ਹਨਾ ਤਮੂੜੀ ਨਿਕਲ ਆਏ ਬੜੇ ਮਜ਼ਾ ਆ ਹਾਂਜੀ ਮਜ਼ੇਦਾਰ ਹੀ ਹੁੰਦੀ ਹੈ ਚਲੋ ਜੀ ਮੂੰਹ ਚ ਪਾਣੀ ਆ ਗਿਆ ਮੇਰੇ ਵੀ ਮੈਂ ਵੀ ਹੁਣ ਟੇਸਟ ਕਰਕੇ ਚੜਾ ਨਮਕ ਮਿਰਚ ਪਰਫੈਕਟ ਹੈ ਹਾਏ 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 ਓਏ ਯਾਰ ਨਾ ਕਰ ਯਾਰ ਨਾ ਕਰ ਯਾਰ ਮਾਸ਼ਾਅੱਲਾ ਜੀ ਮਾਸ਼ਾਅੱਲਾ ਓਏ ਹਰੀਆਂ ਮਿਰਚਾਂ ਕਿਤੇ ਹਰੀਆਂ ਮਿਰਚਾਂ ਵਾਹ ਯਾਰ ਲਿਆ ਹਾਂ ਜ਼ਰਾ ਹਰੀ ਮਿਰਚ ਆਪ ਹੀ ਖਾਈ ਜਾ ਰਹੀਆਂ ਆਦੇ ਬਹੁਤ ਅੱਛੇ ਬਾਰਿਸ਼ ਦਾ ਮੌਸਮ ਹੋਏ ਤੇ ਪਕੌੜੇ ਨਾ ਹੋਣ ਮਜ਼ਾ ਮੈਂ ਕਹਿੰਦਾ ਵਾਹ ਮਾਸ਼ਾਅੱਲਾ ਕੈਸੀ ਲੁੱਕ ਹੈ ਹਰੀ ਮਿਰਚ ਜਿਹੜੀ ਹੈ ਨਾ ਹਰੀ ਮਿਰਚ ਸਾਰੀਆਂ ਖਾ ਲੈਣੀਆਂ ਹਰੀਆਂ ਮਿਰਚਾਂ ਵਾਹ ਵਾਹ ਪਾਉਣੀਆਂ ਸੀ ਸਾਰੀਆਂ ਪਾ ਲਈਆਂ ਮੇਰੇ ਜਾਨ ਦੇਖੋ ਵਾਹ ਵਾਹ ਹਰੀ ਮਿਰਚ ਅੱਖਾਂ ਕਿਉਂ ਹਰੀ ਬੰਦ ਹੁੰਦੀਆਂ ਪਹਿਲੇ ਆ ਦੱਸੋ ਮਜ਼ਾ ਹੀ ਆ ਗਿਆ ਮੈਂ ਦੇਖਾਂ ਕਿਉਂ ਬੰਦ ਹੁੰਦੀ ਹੈ ਮੈਨੇ ਨਾ ਇਹ ਬਣਾਇਆ ਹੋਇਆ ਦਹੀਂ ਕਿ ਮੁਝੇ ਦਹੀਂ ਘਰ ਤਾਂ ਪਸੰਦ ਹੈ ਐਸੀ ਮਜ਼ਾ ਆ ਗਿਆ ਬਹੁਤ ਮਜ਼ੇਦਾਰ ਹੈ ਇਹਦੇ ਨਾਲ ਖਾ ਕੇ ਦੇਖੋ ਦੇਖੋ ਡਬਲ ਮਜ਼ਾ ਨਾ ਆਇਆ ਤਾਂ ਗੱਲ ਕਰਿਓ ਹੈ ਨਾ ਰੋਟੀ ਕੇ ਸਾਰਾ ਬੜਾ ਮਜ਼ਾ ਆਉਂਦਾ ਐਸੇ ਵੀ ਬੜਾ ਮਜ਼ਾ ਆ ਰਿਹਾ ਕਿਸ ਕਿਸ ਕੀ ਬਣਿਆ ਆਪਣਾ ਤੇਜ਼ ਕਰ ਰਹੇ ਹੈ ਔਰ ਯਹਾਂ ਪੇ ਨਾ ਇਸਕੋ ਹਮ ਪਲਟਾ ਲੇਤੇ ਹੈ ਮੈਨੂੰ ਪਤਾ ਜਬ ਪਕੌੜੇ ਪਕੌੜੇ ਦੇਖ ਲਓ ਕੈਸੇ ਵਾਈਟ ਵਾਈਟ ਵੀ ਹੁੰਦੇ ਨੇ ਮਾਸ਼ਾਅੱਲਾ ਮਜ਼ੇਦਾਰ ਕੱਸਾ ਕੱਸਾ ਵੀ ਸਾਫ਼ ਆਇਲ ਹੋਏ ਤੇ ਫਿਰ ਪਕੌੜੇ ਵੀ ਚਿੱਟੇ ਚਿੱਟੇ ਹੀ ਬਣਦੇ ਹਾਂ ਸਾਫ਼ ਸਾਫ਼ ਆਇਲ ਹੋਣਾ ਚਾਹੀਏ ਇਸਕੋ ਇਸਤੇਮਾਲ ਕਰ ਲੈਣਾ ਚਾਹੀਏ ਨਾ ਪਲਾਓ ਮੇ ਜਬ ਵੀ ਤਾਂ ਤਾਂ ਇਸਤੇਮਾਲ ਕਰ ਲਓ ਜਾਂ ਪੁਰਾਣਾ ਕਰਕੇ ਨਹੀਂ ਇਸਤੇਮਾਲ ਕਰਨਾ ਮੈਂ ਨਹੀਂ ਲੱਤੀ ਆਇਲ ਮੈਂ ਇਸਤੇਮਾਲ ਕਰ ਲੈਤੀ ਹੂੰ ਜਲਦੀ ਜਲਦੀ ਆਇਲ ਖਤਮ ਕਰ ਲੈਤੀ ਹੂੰ ਇਹ ਨਹੀਂ ਕਿ ਉਸਕੋ ਰੱਖੇ ਰੱਖੇ
ਜੋ ਪਕੌੜੇ ਹੈ ਹੀ ਜੋ ਮੈਨੇ ਬਣਾਏ ਤੇ ਵੈਸੇ ਇਹ ਥੋੜ੍ਹੇ ਜਿਹੇ ਤੋਂ ਇਹ ਕਿੰਨੇ ਅੱਛੇ ਬਣੇ ਇਹ ਦੇਖੋ ਇਹ ਵਾਲੇ ਇੱਕ ਤੜ ਵੈਸੇ ਲੈ ਕੇ ਤੇ ਮੈਨੇ ਐਸੀ ਫਰੀ ਕਰਦੀ ਆ ਚੱਕ ਤੱਕ ਮੈਨੂੰ ਪਕੌੜੇ ਦਾ ਬੜਾ ਮਜ਼ਾ ਆਇਆ ਬੱਚੇ ਅੰਦਰ ਬੈਠੇ ਹੋਏ ਆ ਵੇਟ ਕਰ ਰਹੇ ਆ ਅਭੀ ਬਣਾਤੇ ਹੈ ਮਸਲੇ ਕੇ ਲੀਏ ਤੇ ਯਹਾਂ ਪੇ ਜੀ ਹਮਾਰੇ ਪਕੌੜੇ ਤੇ ਮਾਸ਼ਾਅੱਲਾ ਸੇ ਇਹ ਤਾਂ ਹੋ ਗਿਆ ਹਰਿਆਦੀ ਬੱਚੇ ਗਰਮਾ ਗਰਮ ਖਾਤੇ ਆ ਤਾਂ ਫਿਰ ਹਮ ਹੋਰ ਬਣਾਤੇ ਆ ਸਾਸ ਜੀ ਦੇਖੀ ਜੀ ਮਜ਼ੇਦਾਰ ਮੈਂ ਰੋਟੀਆਂ ਕੈਚਪ ਇਹ ਸਭ ਕੁਛ ਯਾਰ ਫਸਟ ਟਾਈਮ ਹੋਇਆ ਸੀ ਮੈਂ ਸ਼ੁਰੂ ਇਹ ਸਾਰਾ ਕੁਛ ਹੋਇਆ ਪਹਾੜੀ ਜੀ ਮੈਂ ਉਹ ਵਾਲੀ ਸ਼ਰਟ ਦਾੜ ਕੇ ਨਾ ਗੀਲੀ ਸ਼ਰਟ ਲੈਣੀ ਇਹ ਤਾਂ ਕੱਪੜੇ ਜਾਤ ਮੇਰੇ ਨਿੱਕ ਗਿਆ ਕਿ ਉਹ ਗਿਲਾ ਹੋ ਗਿਆ ਤੇ ਮੈਂ ਇਸ ਕੋ ਪਾਮ ਬੋਲਾ ਇਹ ਲਿਆ ਉਹ ਲਿਆ ਪੂਰਾ ਸ਼ਹਿਰ ਫਿਰ ਆ ਗਿਆ ਨਾ ਤੇਰਾ ਬਿਹਾਰ ਮੇਰਾ ਪੁੱਤਰ ਹੈ ਮੇਰੇ ਪਿੱਛੇ ਸਟੀਕਰ ਉੱਟਾ ਮੈਂ ਕਿਹਾ ਅੱਛਾ ਇਹ ਤੇਰੇ ਨਾ ਪਿਆਰਾ ਐਡੀ ਪੈਰੀ ਸ਼ਰਟ ਹੈ ਇਹਨੇ ਕੀ ਹੋ ਗਿਆ ਚਲੋ ਜੀ ਤਾਂ ਕਿਹਾ ਰਾ ਇਹਦੇ ਨਾਲ ਗੱਲ ਸਾਨੂੰ ਅਸੀਂ ਕੁਛ ਜੀ ਪਕੌੜਾ ਖਾ ਲਿਆ ਤਾਂ ਮੰਮੀ ਨੂੰ ਗਰਮੀ ਹੋ ਗਈ ਗਰਮ ਗਰਮ ਸੀ ਬਹੁਤ ਜ਼ਿਆਦਾ ਗਰਮ ਹਾਂ ਚਲੋ ਚਲੋ ਜੀ ਅੱਛਾ ਯਹਾਂ ਪੇ ਜੀ ਹਮਾਰੀ ਖਾਣਾ ਵਗੈਰਾ ਬੱਚੇ ਕਾ ਹੋ ਗਿਆ ਰੈਡੀ ਆ ਜਾਓ ਯਾਰ ਸੋਨੀ ਤਾਂ ਨਹੀਂ ਆ ਰਹੀ ਤੁਝੇ ਚਲੋ ਆ ਜਾ ਬੈਠੋ ਮੈਂ ਬਣਾਤੀ ਹੂੰ ਇਹ ਖਾਤੇ ਹਾਂ ਬੇਟਾ ਯਹਾਂ ਪੇ ਖਾਣਾ ਵਗੈਰਾ ਖਾ ਰਹੇ ਥੇ ਔਰ ਯਹਾਂ ਪੇ ਆ ਗਈ ਬਾਰਿਸ਼ ਪਕੌੜੇ ਤੋਂ ਆ ਕੇ ਰਹਿ ਗਏ ਹੈਂ ਉੱਠੋ ਬਾਰਿਸ਼ ਤੇਜ਼ ਹੈ ਹਾਂ ਚਲੋ ਚਲੇ ਉੱਠੇ ਉੱਠੇ ਬਾਰਿਸ਼ ਤੇਜ਼ ਹੈ ਔਰ ਬਾਰਿਸ਼ ਕੀ ਮੈਂ ਯਹਾਂ ਪੇ ਬਣਾ ਰਹੀ ਹੂੰ ਪਕੌੜੇ ਔਰ ਬਾਰਿਸ਼ ਮੇਂ ਤੇਜ਼ ਆ ਗਈ ਹੈ ਔਰ ਬਾਰਿਸ਼ ਕੇ ਮੌਸਮ ਮੇਂ ਪਕੌੜੇ ਇਹ ਦੇਖੇ ਗਿਨ ਕੀ ਤਰ੍ਹਾਂ ਹਾਂ ਹੁਣ ਜਿਹੜੀ ਸਿੱਧੀ ਕਰ ਲਈ ਹੈ ਮੈਂ ਸ਼ਰਟ ਚੇਂਜ ਕਰ ਲਈ ਹੈ ਇਹ ਆਪਣਾ ਮਜ਼ਾ ਨਹੀਂ ਖਰਾਬ ਹੋ ਗਿਆ ਨਹੀਂ ਖਾ ਵੀ ਤੇ ਖਾ ਬੈਠੇ ਖਾ ਰਹੇ ਥੇ ਬਾਰਿਸ਼ ਯਕਦਮ ਤੇਜ਼ ਪਕੌੜੇ ਹਮਾਰੇ ਇਤਨੇ ਅੱਛੇ ਮਜ਼ੇ ਕੇ ਬਣੇ ਆ ਕ੍ਰਿਸਪੀ ਬਣੇ ਔਰ ਸਭੀ ਕਰੇ ਇੰਜੋਏ ਮੈਂ ਬਣਾ ਰਹੀ ਸੀ ਮੈਨੇ ਕਿਹਾ ਕਿ ਮੈਂ ਜੋ ਨਾ ਆਰਾਮ ਸਕੂਨ ਸੇ ਬਣਾ ਕੇ ਫਾਰਗ ਹੋ ਕੇ ਫ੍ਰੀ ਹੋ ਕੇ ਫਿਰ ਮੈਂ ਖਾਊਂਗੀ ਜਾਂ ਮੈਂ ਕਾਮਰੇ ਦੀ ਸਫਾਈ ਵੀ ਕਰਦੀ ਹੈ ਬਾਰਿਸ਼ ਖਤਮ ਹੋ ਗਈ ਅੱਛਾ ਜੀ ਇਹ ਹੈ ਜੀ ਹਰੀ ਮਿਰਚ ਔਰ ਇਹ ਹੈ ਜੀ ਪਕੌੜਾ ਮੈਂ ਤਾਂ ਹੋ ਗਈ ਹੂੰ ਫ੍ਰੀ ਬੱਚੋਂ ਕੋ ਬਣਾ ਕੇ ਦੀ ਹੈ ਪਹਿਲੇ ਫਿਰ ਮੈਨੇ ਕਿਹਾ ਮੈਂ ਖਾਤੀ ਹੂੰ ਮੈਂ ਲੈਤੀ ਹੂੰ ਸਾਥ ਮੈਂ ਦਹੀਂ ਕੀ ਚਟਨੀ ਅੱਜ ਜਿਸਨੇ ਖਾਣੇ ਹੈ ਮੇਰੀ ਬਸ ਨਾ ਇਸ ਟਾਈਮ ਹੋ ਰਹੀ ਹੈ ਬਾਰਿਸ਼ ਤੂੰ ਨੇ ਖਾਣੀ ਹੈ ਚੀਜ਼ ਵਗੈਰਾ ਲੈਣੇ ਜਾਣਾ ਆਪਣੀ ਚਾਹੇ ਤਾਂ ਬਣਾਉਣੀ ਹੈ ਦੇਖੇ ਫਿਰ ਬਾਰਿਸ਼ ਵੀ ਹੋ ਰਹੀ ਹੈ ਜਾਣੇ ਵਾਲਾ ਹੈ ਬਾਰਿਸ਼ ਆ ਗਈ ਹੈ ਸਭ ਚਲੇ ਗਏ ਅੰਦਰ ਉੱਠ ਕੇ ਕਾਮਰਾ ਸਾਹਿਬ ਇੱਧਰ ਹੀ ਹੈ ਇੱਥੇ ਪੈਣਾ ਮੌਸਮ ਚ ਪਿਆਰਾ ਲੱਗਦਾ ਮੌਸਮ
ਜਿੱਦਾਂ ਮਸੂਮ ਕਰੇ ਬੰਨੇ ਦੀ ਐਡੇ ਮਸੂਮ ਹੈ ਵੀ ਜਿਹੜਾ ਮਸੂਮ ਬਣਾਏ ਦਾ ਚਾਹੇ ਪੀਣੀ ਹੈ ਕਾਫੀ ਜੋ ਦਿਲ ਕਰੇ ਨਹੀਂ ਨਹੀਂ ਆਪਣੀ ਮਰਜ਼ੀ ਹੈ ਨਹੀਂ ਮੇਰੀ ਮਰਜ਼ੀ ਨਹੀਂ ਹੈ ਹਾਂ ਸੀੜੀਆਂ ਦੀ ਹਵਾ ਆਤੀ ਹੈ ਨਾ ਇੱਧਰ ਬੈਠ ਗਏ ਇੱਧਰ ਸੇ ਬੜੀ ਠੰਡੀ ਹਵਾ ਆਤੀ ਹੈ ਬਹੁਤ ਹੀ ਪਿਆਰਾ ਮੌਸਮ ਹੈ ਮੈਂ ਚਾਹੇ ਪੀਣੀ ਹੈ ਬੱਚੋਂ ਨੇ ਕਾਫੀ ਪੀਣੀ ਹੈ ਔਰ ਦੋਨੋਂ ਦੋਨੋਂ ਕੰਮ ਹੋ ਰਹੇ ਜਾਂ ਪਹਿਲਾਂ ਅਜਾਨ ਕੀ ਹੋਏ ਸਭ ਆਉਣ ਕੀ ਕਾਫੀ ਹੈ ਔਰ ਯਹਾਂ ਪੇ ਦੂਧ ਜਿਹੜਾ ਮੈਨੇ ਕਰ ਲਿਆ ਗਰਮ ਬਾਕੀ ਨੇ ਪੱਤੀ ਡਾਲ ਲੈਣੀ ਹੈ ਅਤੇ ਇਨਕੇ ਅੰਦਰ ਡਾਲ ਦਿੱਤੇ ਹਨ ਦੂਧ ਇਨਕੀ ਹੋ ਗਈ ਕਾਫੀ ਔਰ ਹਮਾਰੀ ਹੋ ਗਈ ਚਾਏ ਸਭਾ ਮੇਰੀ ਕੱਪ ਮੈਂ ਅਜਾਨ ਕਹਿੰਦਾ ਮੇਰੇ ਛੋਟੇ ਕੱਪ ਮੈਂ ਤੋ ਯਹਾਂ ਪੇ ਜੀ ਹਮਾਰੀ ਚਾਏ ਚਾਏ ਤੋ ਯਹਾਂ ਪੇ ਦੇਖੀ ਜੀ ਦੂਧ ਗਰਮ ਹੋ ਨਾ ਉਸਕੇ ਅੰਦਰ ਡਾਲੇ ਚੀਨੀ ਪੱਤੀ ਚਾਏ ਜਲਦੀ ਜਲਦੀ ਬਣ ਜਾਂਦੀ ਹੈ ਕੋਈ ਨਹੀਂ ਟਾਈਮ ਲੱਗਾ ਅਤੇ ਉਹ ਜਲਦੀ ਜਲਦੀ ਸੰਭਾਲ ਗਈ ਹੈ ਵੀ ਮੈਨੇ ਨਾ ਆਪਣੀ ਪਿਆਰੀ ਫੈਮਲੀ ਕੇ ਨਾ ਪਿਆਰੇ ਪਿਆਰੇ ਕਮੈਂਟਸ ਹੈ ਮੈਨੇ ਪੜ੍ਹੇ ਵੀ ਹੈ ਔਰ ਵੀ ਪੜ੍ਹਤੀ ਹੋ ਫਿਰ ਮੈਂ ਆਪਣੇ ਨਾਮ ਵੀ ਲੈਤੀ ਹੂੰ ਜਿਹਦੇ ਜਿਹਨੇ ਅੱਛੇ ਅੱਛੇ ਕਮੈਂਟਸ ਕੀ ਹੋਵੇ ਨਾ ਮੈਂ ਉਹਨਾਂ ਨਾਮ ਲਊਂਗੀ ਚਾਹੇ ਪੀਊਂਗੀ ਸਾਥ ਸਾਥ ਤੋ ਸਾਥ ਸਾਥ ਆਪਣੇ ਨਾਮ ਲਊਂਗੀ ਚਾਹੇ ਤੋਂ ਰੈਡੀ ਹੈ ਆਪੇ ਕਾਫੀ ਰੈਡੀ ਹੈ ਆਪਾਂ ਚਾਹ ਵੀ ਪਾਣੀ ਰੈਡੀ ਹੋ ਜਾਂਦੀ ਹੈ ਥੋੜ੍ਹਾ ਸਾਰਾ ਨਾ ਇੱਕ ਕਲਰ ਜੋ ਹੈ ਦੂਧ ਕੇ ਅੰਦਰ ਪੱਤੀ ਡਾਲੋ ਨਾ ਤੋ ਇਤਨਾ ਕਲਰ ਨਹੀਂ ਆਤਾ ਜੈਸੇ ਪਾਣੀ ਵਾਲੀ ਚਾਹ ਪੀਣੀ ਚਾਹੀਏ ਲੇਕਿਨ ਹਮ ਜੋ ਹੈ ਨਾ ਦੂਧ ਵਾਲੀ ਚਾਹ ਬਣਾਤੇ ਹੈ ਯਹਾਂ ਪੇ ਜੀ ਇਹ ਹੈ ਜੀ ਮਲਾਈ ਵਾਲੀ ਚਾਏ ਕਾਮਨ ਕੀ ਇਹ ਬੱਚੋਂ ਕੀ ਇਹ ਕਾਫੀ ਹੈ ਇਹ ਮੇਰੀ ਚਾਏ ਹੈ ਇਹ ਮੇਰੀ ਕਿੱਧਰ ਗਈ ਇਹ ਮੇਰੀ ਬਹੁਤ ਥੋੜ੍ਹੀ ਸੀ ਚਾਏ ਹੈ ਬਸ ਗਿਆ ਕੌਣ ਸੀ ਤੇਰੀ ਹੈ ਇਸ ਵਿੱਚ ਕਾਫੀ ਹੈ ਤੇਰੀ ਤੋ ਕੌਣ ਸਾ ਤੇਰਾ ਕੱਪ ਹੈ ਇਹ ਤੋ ਚਾਏ ਹੈ ਨਾ ਛੋਟਾ ਕੱਪ ਹੈ ਤੇਰਾ ਇਹੀ ਹੈ ਕਾਫੀ ਸਭਾ ਕੀ ਕਾਫੀ ਦੇਖਦੇ ਕੌਣ ਪਹਿਚਾਣਦਾ ਆਪਣੀ ਕਾਫੀ ਸਮਾਨ ਦੇਖਦੇ ਹਾਂ ਸਮਾਨ ਪਹਿਚਾਣਦਾ ਸਾਹਮਣੇ ਆ ਸਾਹਮਣੇ ਆ ਸਭਾ ਕੀ ਕੌਣ ਦੇਖਦੇ ਸਮਾਨ ਕੀ ਕੌਣ ਸੀ ਆ ਤੇਰਾ ਕੱਪ ਕੌਣ ਸਾ ਸਮਾਨ ਕਾਫੀ ਵਾਲਾ ਮੇਰਾ ਕੱਪ ਇਹ ਰਹਿ ਮਾਸ਼ਾ ਅੱਲਾ ਕਿਤਨੇ ਚਲਾਕ ਬੱਚੇ ਹੈ ਮੈਨੇ ਤਾਂ ਇਨਕੋ ਬਿਲਕੁਲ ਨਹੀਂ ਬਤਾਇਆ ਥਾ ਕਿ ਕੌਣ ਸਾ ਕੱਪ ਹੈ ਪਹਿਚਾਣ ਲਿਆ ਅੱਛਾ ਚਲੋ ਜੀ ਬੜੀ ਚਾਹੀ ਧਿਆਨ ਨਾਲ ਚਾਹੇ ਸਹੀ ਹੈ ਮਜ਼ੇ ਦੀ ਉਹ ਨਹੀਂ ਪਈ ਟਿਸ਼ੂ ਪੇਪਰ ਤਾਂ ਨਹੀਂ ਆ ਚਾਹੀ ਹੈ ਦਿਲ ਟਿਸ਼ੂ ਪੇਪਰ ਪਾਕਦਾ ਜਾਂ ਫਿਰ ਮੈਂ ਕਮੈਂਟਸ ਪਾੜੀ ਸੀ ਚਾਹੇ ਸ਼ਾਇਦ ਮੈਨੇ ਪੀ ਲਈ ਹੈ ਕਮੈਂਟਸ ਪਾੜੀ ਸੀ ਸਹਿਰੀ ਮਹਿਰਾਨ ਦਾ ਕਮੈਂਟਸ ਆਇਆ ਥਾ ਕਿ ਆਪਕੀ ਰੈਸਪੀ ਮੈਨੇ ਟਰਾਈ ਕੀ ਹੈ ਸੈਂਡਵਿਚ ਵੀ ਔਰ ਵੀ ਕਾਫੀ ਜ਼ਿਆਦਾ ਡਿਸ਼ ਟਰਾਈ ਕੀ ਹੈ ਮੇਰੇ ਘਰ ਵਾਲਿਆਂ ਨੇ ਬਹੁਤ ਸਾਰੀ ਪਸੰਦ ਕੀ ਹੈ ਥੈਂਕ ਯੂ ਸਹਿਰ ਮਹਿਰਾਨ ਆਪਕੀ ਮੁਹੱਬਤ ਹੈ ਆਪਕਾ ਪਿਆਰ ਹੈ ਆਪਣੇ ਬੋਲਾ ਕਿ ਮੇਰਾ ਨਾਮ ਵੀ ਲੈ ਕੇ ਬੋਲਣਾ ਤੋ ਮੈਨੇ ਕਬ ਸੇ ਬੋਲਾ ਹੋਇਆ ਤੋ ਇਹ ਲੈ ਜੀ ਆਪਕਾ ਨਾਮ ਲੈ ਲਿਆ ਖੁਸ਼ ਹੋ ਖੁਸ਼ ਰਹੋ ਹੈਪੀ ਰਹੋ ਹੱਸੀ ਰਹੋ ਔਰ ਮੁਸਕਰਾਤੀ ਰਹੋ ਹਮੇਸ਼ਾ ਇਸੀ ਤਰ੍ਹਾਂ ਹਮੇ ਪਿਆਰੇ ਪਿਆਰੇ ਕਮੈਂਟਸ ਕਰਤੀ ਰਹੋ ਥੈਂਕ ਯੂ ਸੋ ਮਚ ਆਪਕੇ ਪਿਆਰ ਕਾ ਮੁਹੱਬਤ ਕਾ ਔਰ ਅਸਮਾ ਵੀ ਨੇ ਕਿਹਾ ਹੈ ਕਿ ਆਪ ਜਬ ਕੁਛ ਖਾਣੇ ਮੇ ਬਣਾਤੀ ਹੈ ਨਾ ਤਾਂ ਹਮਾਰੀ ਟੈਨਸ਼ਨ ਜੋ ਫ੍ਰੀ ਹੋ ਜਾਤੀ ਹੈ ਹਮ ਜੋ ਆਪ ਬਣਾਤੀ ਹੈ ਉਹੀ ਬਣਾ ਲੈਤੇ ਹੈ ਹਮ ਤੋ ਹੋ ਜਾਤੇ ਹੈ ਟੈਨਸ਼ਨ ਫ੍ਰੀ ਅੱਜ ਬਣਾਏ ਹੋਏ ਤੇ ਅਸਮਾ ਵੀ ਨੇ ਬਣਾਏ ਤੇ ਕਰੇਲੇ ਕੀਮਾ ਜੋ ਕਿ ਕੱਲ੍ਹ ਹਮਨੇ ਖਾਇਆ ਅੱਜ ਆਪਣੇ ਬਣਾ ਲਿਆ ਤਾਂ ਪੁੱਛ ਰਹੀ ਹੈ ਕਿ ਅੱਜ ਕਿਆ ਬਣੇਗਾ ਅੱਜ ਬਣੇਗਾ ਜੀ ਅੱਜ ਦਾ ਮੌਸਮ ਅੱਛਾ ਰਿਹਾ ਬਾਰਿਸ਼ ਹੋਈ ਹੈ ਕਾਫੀ ਅੱਛੀ ਮਜ਼ੇ ਕੀ ਬਾਰਿਸ਼ ਹੈ ਹਮ ਬਾਹਰ ਹੀ ਬੈਠੇ ਹੋਏ ਹਾਂ ਕਿਉਂਕਿ ਬਹੁਤ ਪਿਆਰਾ ਮੌਸਮ ਹੈ ਤੋ ਅੱਜ ਹਮਨੇ ਬਣਾਇਆ ਜੀ ਪਾਲਕ ਪਿਆਜ਼ ਹਰੀ ਮਿਰਚ ਆਲੂ ਕੇ ਪਕੌੜੇ ਸਾਥ ਮੇਂ ਥੇ ਚਟਨੀ ਦਹੀਂ ਕੀ ਦਹੀਂ ਕਾ ਰਾਇਤਾ ਸੇ ਕੈਚਪ ਕੀ ਸਾਥ ਮੇਂ ਹਮਨੇ ਬਾਜ਼ਾਰ ਸੇ ਜੋ ਹੋਤੀ ਹੈ ਨਾ ਤੰਦੂਰੀ ਰੋਟੀ ਵੋ ਮੰਗਵਾਈ ਹੈ ਤੋ ਉਸਕੇ ਸਾਥ ਹਮਨੇ ਇੰਜੋਏ ਕੀਆ ਬਹੁਤ ਮਜ਼ਾ ਕੀਆ ਸਭ ਨੇ ਫੈਮਲੀ ਕੇ ਸਾਥ ਤੋ ਮਾਸ਼ਾਅੱਲਾ ਸਭ ਕੇ ਬਹੁਤ ਪਿਆਰੇ ਕਮੈਂਟਸ ਹੈ ਬਹੁਤ ਸਾਰੀ ਦਵਾਈਆਂ ਬਹੁਤ ਸਾਰਾ ਪਿਆਰ ਹੈ
फिर से बारिश स्टार्ट हो गई है। ऐसे ही होता है, कभी आ रही है कभी जा रही है कभी बंद हो रही है। तो बस इसी तरह मुझे दुआ में याद रखे, खुश रहें, बात रहें, हंसते मुस्कुराते रहें। इंशाल्लाह सुबह मिलेंगे नई गुड मॉर्निंग के साथ, नहीं अच्छे बोलो के साथ। तब तक के लिए ओके फ्रेंड्स, अल्लाह हाफिज़, बाय। ओके जी।